ਸ਼ਕਤੀਮਾਨ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਤਾਂ ਫਿਰ ਕੋਈ ਵੈਰੀ ਦੀ ਸ਼ਕਤੀ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਨਾਸ਼ ਨਹੀਂ ਕਰ ਸਕਦੀ। ਕਈ ਲੋਕੀ ਬਹੁਤ ਡਰਦੇ ਆ ਤੇ ਕਈ ਬਹੁਤ ਡਰਾਉਂਦੇ ਆ। ਡਰਾਉਂਦੇ ਆ ਜੇ ਮੈਂ ਤੈਨੂੰ ਸਰਾਪ ਦੇਤਾ ਤਾਂ ਨਾ ਤੇਰਾ ਰਹਿਣਾ ਕੱਖ ਨਹੀਂ। ਨਾਲੇ ਆਪਣੇ ਆਪ ਨੂੰ ਧਰਮਾਤਮਾ ਸਮਝਦੇ ਉਹ। ਤੇ ਕੁਝ ਡਰ ਜਾਂਦੇ ਆ। ਜਣਾ ਜੇ ਤੁਸੀਂ ਉਦੋਂ ਹੀ ਉਹਦੇ ਸ਼ਰਾਪ ਨੂੰ ਕੈਨਸਲ ਕਰ ਦਿਓ ਕਿ ਮੈਂ ਪ੍ਰਭੂ ਯਿਸੂ ਮਸੀਹ ਦੇ ਲਹੂ ਵਿੱਚ ਟਕਿਆ ਹੋਇਆ ਹਾਂ ਇਹਨਾਂ ਬੁਰੇ ਅੱਖਰਾਂ ਦਾ ਮੇਰੇ ਉੱਤੇ ਕੋਈ ਅਸਰ ਨਹੀਂ ਕਿਉਂਕਿ ਵੈਰੀ ਦੀ ਕੋਈ ਵੀ ਚੀਜ਼ ਮੇਰਾ ਨਾਸ਼ ਨਹੀਂ ਕਰ ਸਕਦੀ ਉਹਦਾ ਕੋਈ ਅੱਖਰ ਤੁਹਾਡੇ ਜੀਵਨ 'ਚ ਕੰਮ ਨਹੀਂ ਕਰੂਗਾ ਪਰ ਜਦੋਂ ਤੁਸੀਂ ਮੰਨ ਲੈਨੇ ਹਾਏ ਇਹ ਬਹੁਤ ਵੱਡਾ ਆ ਬੜਾ ਵੱਡਾ ਦਰਮਾਤ ਮਾਤਮਾਇਆ ਇਹਨੇ ਮੈਨੂੰ ਸਰਾਪ ਦੇ ਦਿੱਤਾ ਹੁਣ ਇਹਨੇ ਜੋ ਕਹਿਤਾ ਉਹ ਹੋ ਜਾਣਾ ਫਿਰ ਉਹੀ ਹੋਣਾ ਜੋ ਉਹਨੇ ਬੋਲ ਦਿੱਤਾ ਕਿਉਂਕਿ ਤੁਸੀਂ ਰਿਸੀਵ ਕਰ ਲਿਆ ਤੁਸੀਂ ਮੰਨ ਲਿਆ ਕਿ ਉਹ ਬਹੁਤ ਵੱਡਾ ਹੈ ਤੁਸੀਂ ਮੰਨ ਲਿਆ ਕਿ ਉਹਦੇ ਵਰਡ ਚ ਬਹੁਤ ਪਾਵਰ ਹੈ ਇਸ ਲਈ ਤੁਸੀਂ ਜੋ ਰਿਸੀਵ ਕਰ ਲਿਆ ਤੁਹਾਡੇ ਲਈ ਹੋ ਜਾਣਾ ਜੇ ਤੁਸੀਂ ਸ਼ਿਫਾ ਰਿਸੀਵ ਕਰੋਗੇ ਤਾਂ ਸ਼ਿਫਾ ਹੋ ਜਣੀ ਜੇ ਉਹਨੇ ਕਹਿ ਦਿੱਤਾ ਤੇਰਾ ਨੁਕਸਾਨ ਹੋ ਜਾਣਾ ਤੁਸੀਂ ਇਹਨੂੰ ਰਿਸੀਵ ਕਰ ਲਿਆ ਤਾਂ ਫਿਰ ਨੁਕਸਾਨ ਹੋ ਜਾਣਾ ਯਾਦ ਰੱਖਿਓ ਕੋਈ ਵੀ ਬੰਦਾ ਜਿਹੜਾ ਆਪਣੇ ਆਪ ਨੂੰ ਪਰਮੇਸ਼ਵਰ ਤੋਂ ਸੁਧਾਉਂਦਾ ਆ ਜਿਹੜਾ ਕਹਿੰਦਾ ਮੈਂ ਪਰਮੇਸ਼ਵਰ ਦਾ ਜਾਣਿਆ ਉਹ ਕਿਸੇ ਦੇ ਜੀਵਨ ਉੱਤੇ ਮੌਤ ਨਹੀਂ ਬੋਲਦਾ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਿਓ ਚਾਹੇ ਉਹ ਕਿਸੇ ਵੀ ਦੇਸ਼ 'ਚ ਕਿਸੇ ਵੀ ਸ਼ਹਿਰ ਵਿੱਚ ਕੋਈ ਵੀ ਇਨਸਾਨ ਜਿਹੜਾ ਪਰਮੇਸ਼ਵਰ ਤੋਂ ਸੁਦਾਉਂਦਾ ਆ ਜਿੰਨੂੰ ਲੋਕੀ ਕਹਿੰਦੇ ਪਰਮੇਸ਼ਵਰ ਦਾ ਦਾਸ ਆ ਤੇ ਉਹ ਖੁਦ ਨੂੰ ਵੀ ਮੰਨੇ ਕਿ ਮੈਂ ਪਰਮੇਸ਼ਵਰ ਦਾ ਦਾਸ ਆ ਜਾਂ ਦਾਸੀ ਆ ਜੇ ਸੱਚੀ ਹੋ ਪਰਮੇਸ਼ਵਰ ਦਾ ਦਾਸ ਜਾਂ ਦਾਸੀ ਆ ਉਹ ਕਦੀ ਕਿਸੇ ਤੇ ਮੌਤ ਨਹੀਂ ਬੋਲਦਾ ਕਦੀ ਕਿਸੇ ਤੇ ਬਿਮਾਰੀ ਨਹੀਂ ਬੋਲਦਾ ਕਿਉਂਕਿ ਨਾਸ਼ ਕਰਨਾ ਮਾਰਨਾ ਇਹ ਪਰਮੇਸ਼ਵਰ ਦਾ ਸੁਭਾਅ ਨਹੀਂ ਆ

ਉਹ ਤੁਹਾਡੀ ਸੌਖੀ ਮੰਗਣਗੇ ਉਹ ਤੁਹਾਡੇ ਉੱਤੇ ਜੀਵਨ ਨਹੀਂ ਬੋਲਣਗੇ ਉਹ ਤੁਹਾਡੇ ਉੱਤੇ ਮੌਤ ਨਹੀਂ ਬੋਲਣਗੇ ਕਿਉਂਕਿ ਪਰਮੇਸ਼ਵਰ ਜੀਵਨ ਆ ਔਰ ਜਿਹੜਾ ਪਰਮੇਸ਼ਵਰ ਦਾ ਦਾਸ ਆ ਉਹਦੇ ਵਿੱਚ ਪਰਮੇਸ਼ਵਰ ਦਾ ਆਤਮਾ ਆ ਜੋ ਪਰਮੇਸ਼ਵਰ ਦੀ ਦਾਸੀ ਆ ਤਾਂ ਉਹਦੇ ਵਿੱਚ ਵੀ ਪਰਮੇਸ਼ਵਰ ਦਾ ਆਤਮਾ ਆ ਤਾਂ ਪਰਮੇਸ਼ਵਰ ਦਾ ਆਤਮਾ ਜੀਵਨ ਦਾ ਓ ਯਿਸੂ ਮਸੀਹ ਜੀ ਨੇ ਕੀ ਕਿਹਾ ਕਿ ਜਿਹੜਾ ਮੇਰੇ ਕੋਲੋਂ ਪੀਂਦਾ ਆ ਉਹ ਕਦੀ ਵੀ ਧਿਆਇਆ ਨਹੀਂ ਹੁੰਦਾ ਕਿਉਂਕਿ ਮੇਰੇ ਅੰਦਰੋਂ ਕੀ ਵਹਿੰਦਾ ਆ ਜੀਵਨ ਜਲ ਅਰੋਨੇ ਕਹਿੰਦਾ ਮੈਂ ਤੁਹਾਨੂੰ ਵੀ ਜੀਵਨ ਜਲ ਦੇ ਸੋਤੇ ਬਣਾ ਦੂੰਗਾ ਜੇ ਅਸੀਂ ਜੀਵਨ ਦੇ ਸੋਤੇ ਵਿੱਚੋਂ ਜੀਵਨ ਜਲ ਪੀ ਲਿਆ ਤੇ ਫਿਰ ਸਾਡੇ ਵਿੱਚੋਂ ਕੀ ਨਿਕਲਣਾ ਚਾਹੀਦਾ ਜੀਵਨ ਹੀ ਨਿਕਲਣਾ ਚਾਹੀਦਾ ਇਸ ਲਈ ਅਗਰ ਕਿਸੇ ਨੇ ਤੁਹਾਡੇ ਉੱਤੇ ਸ਼ਰਾਪ ਬੋਲੇ ਆ ਉਹਨਾਂ ਦਾ ਕੋਈ ਤੁਹਾਡੇ ਉੱਤੇ ਅਸਰ ਨਹੀਂ ਹੁਣ ਅਗਰ ਤੁਹਾਡੇ ਘਰ ਦੇ ਵਿੱਚ ਕੋਈ ਵੀ ਵਿਅਰੀ ਦੀ ਸ਼ਕਤੀ ਕੰਮ ਕਰਦੀ ਆ ਤੁਹਾਨੂੰ ਬਾਹਰ ਪਾਲਣ ਦੀ ਲੋੜ ਨਹੀਂ ਆ ਕਿਵੇਂ ਕਿਨੂੰ ਬਾਬੇ-ਪੂਪੇ ਨੂੰ ਲੱਭ ਕੇ ਲਿਆਵਾਂ ਤੁਸੀਂ ਕਹਿ ਸਕਦੇ ਆ ਮੈਂ ਪ੍ਰਭੂ ਯੇਸ਼ੂ ਮਸੀਹ ਜੀ ਦੇ ਨਾਮ 'ਚ ਤੈਨੂੰ ਹੁਕਮ ਕਰਦਾ ਮੇਰੇ ਘਰ 'ਚੋਂ ਨਿਕਲ ਜਾ ਉਹਨੂੰ ਨਿਕਲਣਾ ਪਊਗਾ ਕਿਉਂਕਿ ਵਚਨ ਚਲਕੇ ਜੇ ਕੋਈ ਨੇਚਾ ਕਰੇ ਤੇ ਬਪਤਿਸਮਾ ਲਵੇ ਉਹਦੇ ਨਾਲੇ ਨਿਸ਼ਾਨ ਹੋਣਗੇ ਕਿ ਮੇਰਾ ਨਾਮ ਲੈ ਕੇ ਉਹ ਭੂਤਾਂ ਨੂੰ ਕੱਢਣਗੇ ਕੱਢਣਗੇ ਕਿ ਰੱਖਣਗੇ ਕੱਢਣਗੇ yes ਤਾਂ ਤੁਸੀਂ ਕੱਢ ਸਕਦੇ ਆ ਤੁਹਾਨੂੰ ਅਧਿਕਾਰ ਆ ਜੇਕਰ ਤੁਸੀਂ ਬਪਤਿਸਮਾ ਲਿਆ ਆ ਕਿੰਨਿਆਂ ਨੇ ਬਪਤਿਸਮਾ ਲਿਆ ਆ ਵੈਰੀ ਗੁੱਡ ਤੁਸੀਂ ਬਪਤਿਸਮਾ ਲਿਆ ਆ ਤੁਸੀਂ ਨੇਚਾ ਕਰਦੇ ਆ ਫਿਰ ਤੁਸੀਂ ਕਮਾਂਡ ਕਰ ਸਕਦੇ ਆਪਣੇ ਘਰਾਂ ਚੋਂ ਆਪਣੀ ਬਿਜ਼ਨਸ ਚੋਂ ਹਰੇਕ ਨਾਸ਼ ਕਰਨ ਵਾਲੀ ਚੀਜ਼ ਨੂੰ ਨਿਕਲਣ ਦਾ ਹੁਕਮ ਦੇ ਸਕਦੇ ਆ ਅਗਰ ਤੁਹਾਨੂੰ ਕਿਸੇ ਵੇਲੇ ਸ਼ੱਕ ਪੈਂਦਾ ਕਈ ਵਾਰੀ ਆਪਣੇ ਮਨਾਂ ਚ ਹੁੰਦਾ ਮੇਰੇ ਮੇਰੇ ਬਿਜ਼ਨਸ ਨੂੰ ਕਿਸੇ ਨੇ ਬੰਨਿਆ ਆ ਮੇਰੀ ਬਿਜ਼ਨਸ ਤੇ ਕੁਛ ਕੀਤਾ ਆ ਮੇਰੀ ਜੌਬ ਤੇ ਕੀਤਾ ਮੇਰੇ ਮੇਰਾ ਰਿਸ਼ਤਾ ਨਾ ਹੋ ਸਕੇ ਇਸ ਚੀਜ਼ ਲਈ ਕੀਤਾ ਮੇਰੇ ਪਰਿਵਾਰ ਲਈ ਕੀਤਾ ਕਰਨ ਵਾਲੇ ਨੇ ਕਰ ਸਕਦੇ ਆ ਤੁਸੀਂ ਉਹਨਾਂ ਬੰਨੀਆਂ ਚੀਜ਼ਾਂ ਨੂੰ ਖੋਲ ਸਕਦੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਸੀਂ ਉਹਨਾਂ ਜਾਦੂ ਟੋਣੇ ਦੀਆਂ ਸ਼ਕਤੀਆਂ ਨੂੰ ਰੱਦ ਕਰ ਸਕਦੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਸੀਂ ਉਹ ਦੁਸ਼ਟ ਆਤਮੇ ਜਿਹੜੇ ਉਹਨਾਂ ਨੇ ਤੁਹਾਡੇ ਘਰਾਂ ਲਈ ਛੱਡੇ ਤੁਹਾਡੇ ਪਿੱਛੇ ਛੱਡੇ ਤੁਸੀਂ ਉਹਨਾਂ ਨੂੰ ਨਿਕਲਣ ਦਾ ਹੁਕਮ ਦਿਓਗੇ ਤਾਂ ਨਿਕਲ ਜਾਣਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਆਮੇਨ ਆਓ ਆਪਾਂ ਦੇਖਦੇ ਹਾਂ ਕਿ ਅਸੀਂ ਕੁਝ ਬੰਨ ਸਕਦੇ ਆ ਖੋਲ ਸਕਦੇ ਕਿ ਨਹੀਂ ਮੱਤੀ ਦੀ ਕਿਤਾਬ ਉਹਦਾ 18 ਨੰਬਰ ਅਧਿਆਇ ਉਹਦੀ 18 ਤੇ 19 ਨੰਬਰ ਪੰਤੀ ਦੇ ਵਿੱਚ ਮੈਂ ਤੁਹਾਨੂੰ ਸੱਤ ਆਖਦਾ ਹਾਂ ਭਈ ਜੋ ਕੁਝ ਤੁਸੀਂ ਧਰਤੀ ਉੱਤੇ ਬਨੋਗੇ ਸੋ ਸਵਰਗ ਵਿੱਚ ਬਨਿਆ ਜਾਵੇਗਾ ਅਤੇ ਜੋ ਕੁਝ ਤੁਸੀਂ ਧਰਤੀ ਉੱਤੇ ਖੋਲੋਗੇ ਸੋ ਸਵਰਗ ਵਿੱਚ ਖੋਲਿਆ ਜਾਵੇਗਾ ਫੇਰ ਮੈਂ ਤੁਹਾਨੂੰ ਆਖਦਾ ਹਾਂ ਜੇ ਤੁਹਾਡੇ ਵਿੱਚੋਂ ਦੋ ਜਣੇ ਧਰਤੀ ਉੱਤੇ ਕਿਸੇ ਕੰਮ ਲਈ ਮਿਲ ਕੇ ਬੇਨਤੀ ਕਰਨ ਤਾਂ ਮੇਰੇ ਪਿਤਾ ਵੱਲੋਂ ਜਿਹੜੇ ਸਵਰਗ ਵਿੱਚ ਹੈ ਉਹਨਾਂ ਲਈ ਕੀਤਾ ਜਾਵੇਗਾ ਹallelujah ਹallelujah ਹੁਣ ਤੁਸੀਂ ਇੱਥੇ ਆਪ ਹੀ ਦੇਖ ਸਕਦੇ ਹਾਂ ਪ੍ਰਭੂ ਜੀ ਨੇ ਸਾਨੂੰ اختیار ਬਖਸ਼ ਦਿੱਤਾ ਹੈ ਲਿਖਤੀ اختیار ਸਾਨੂੰ ਬਖਸ਼ਿਆ ਗਿਆ ਕਿਨਾਂ ਮੈਂ ਤੁਹਾਨੂੰ ਸੱਚ ਕਹਿੰਨਾ ਹੈ ਆ ਜੋ ਕੁਝ ਤੁਸੀਂ ਧਰਤੀ ਤੇ ਬੰਨ੍ਹ ਦਿਓਗੇ ਕਿੱਥੇ ਬੰਨ੍ਹਿਆ ਜਾਊਗਾ ਸਵਰਗ ਚ ਬੰਨ੍ਹਿਆ ਜਾਊਗਾ ਪ੍ਰਭੂ ਕਹਿੰਦੇ ਜੋ ਤੁਸੀਂ ਧਰਤੀ ਤੇ ਕਹਿ ਦੋਗੇ ਮੈਂ ਉਹਨੂੰ ਸਵਰਗ ਤੋਂ ਪੂਰਾ ਕਰ ਦੂੰਗਾ ਤੇ ਜੋ ਤੁਸੀਂ ਧਰਤੀ ਤੇ ਖੋਲੋਗੇ ਸਵਰਗ ਚ ਖੋਲ੍ਹਿਆ ਜਾਵੇਗਾ ਹੁਣ ਤੁਹਾਡੇ ਕੋਲੇ ਬੰਨਣ ਤੇ ਖੋਲਣ ਦਾ ਅਧਿਕਾਰ ਆ ਪਰ ਇੱਕ ਗੱਲ ਨੂੰ ਯਾਦ ਰੱਖਿਓ ਜੇਕਰ ਤੁਸੀਂ ਇਸ ਬੰਨਣ ਨੂੰ ਤੇ ਇਸ ਖੋਲਣ ਨੂੰ ਬੁਰੇ ਕੰਮ ਲਈ ਇਸਤੇਮਾਲ ਕੀਤਾ ਇਹ ਕੰਮ ਨਹੀਂ ਹੁਣ ਇਹ ਸਿਰਫ ਤੇ ਸਿਰਫ ਚੰਗਿਆਈ ਦੇ ਲਈ ਕੰਮ ਕਰਦਾ ਹੈ ਪੱਲਿਆਈ ਦੇ ਲਈ ਕੰਮ ਕਰਦਾ ਕਿਉਂਕਿ ਪਰਮੇਸ਼ਵਰ ਅੱਤੇ ਪਰਮੇਸ਼ਵਰ ਦਾ ਵਚਨ ਸਭਨਾ ਦੇ ਲਈ ਹੈ ਹallelujah ਤੁਸੀਂ ਇਹ ਤਾਂ ਨਹੀਂ ਕਰ ਸਕਦੇ ਮੈਂ ਆਪਣੀ ਗਵੰਡੀ ਦੀ ਬਰਕਤ ਨੂੰ ਬੰਨ੍ਹ ਦਿੰਦਾ ਹਾਂ ਯਿਸੂ ਮਸੀਹ ਦੇ ਨਾਮ 'ਚ ਤੇ ਤੁਸੀਂ ਸੋਚੋ ਵੀ ਪ੍ਰਭੂ ਜੀ ਦੇ ਸਵਰਗ ਤੋਂ ਬੰਨ੍ਹ ਦੇਣਗੇ ਨੋ ਫੋਰਗੇਟ ਇਟ ਭੁੱਲ ਜੋ ਇਸ ਗੱਲ ਨੂੰ ਤੁਸੀਂ ਬੰਨ੍ਹ ਸਕਦੇ ਹਾਂ ਉਹ ਅੱਖਰ ਜਿਹੜੇ ਮੇਰੇ ਵਿਰੁੱਧ ਬੋਲੇਗੇ ਮੇਰੇ ਬੱਚਿਆਂ ਦੇ ਵਿਰੁੱਧ ਬੋਲੇਗੇ ਮੈਂ ਉਹਦੀ ਸਾਰੀ ਸ਼ਕਤੀ ਨੂੰ ਮੈਂ ਉਹਦੀ ਸਾਰੀ ਪਾਵਰ ਨੂੰ ਬੰਨ੍ਹਦਾ ਹਾਂ ਕਿ ਉਹ ਸਾਡੇ ਵਿਰੁੱਧ ਕਿਸੇ ਵੀ ਤਰੀਕੇ ਨਾਲ ਕਾਮਯਾਬ ਨਾ ਹੋਣ ਤੁਸੀਂ ਬੰਨ ਸਕਦੇ ਆ ਉਹ ਦੁਸ਼ਟ ਦੀਆਂ ਸ਼ਕਤੀਆਂ ਜਿਹੜੀਆਂ ਮੇਰੀ ਬਿਜ਼ਨਸ 'ਚ ਕੰਮ ਕਰਦੀਆਂ ਮੇਰੇ ਘਰ 'ਚ ਮੇਰੇ ਰਿਸ਼ਤਿਆਂ 'ਚ ਕੰਮ ਕਰਦੀਆਂ ਮੈਂ ਉਹਨਾਂ ਨੂੰ ਬੰਨਦਾ ਆ ਤੁਸੀਂ ਬੰਨ ਸਕਦੇ ਆ ਉਸ ਸ਼ਕਤੀ ਨੂੰ ਜਿਹੜੀ ਤੁਹਾਨੂੰ ਪ੍ਰਾਰਥਨਾ ਕਰਨ ਤੋਂ ਰੋਕਦੀ ਆ ਡਿਸਟਰਬ ਕਰਦੀ ਤੁਸੀਂ ਉਹਨੂੰ ਬੰਨ ਸਕਦੇ ਆ ਅਰ ਤੁਸੀਂ ਖੋਲ ਸਕਦੇ ਆ ਕਿ ਜੇ ਕਿਸੇ ਨੇ ਮੇਰੀ ਬਿਜ਼ਨਸ ਨੂੰ ਬੰਨਿਆ ਜਾਂ ਬਰਕਤ ਨੂੰ ਬੰਨਿਆ ਮੇਰੀ ਤੰਦਰੁਸਤੀ ਨੂੰ ਬੰਨਿਆ ਮੇਰੀ ਖੁਸ਼ੀ ਨੂੰ ਬੰਨਿਆ ਮੇਰੀ ਤਰੱਕੀ ਨੂੰ ਬੰਨਿਆ ਮੈਂ ਖੋਲਦਾ ਆ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਜੋ ਤੁਹਾਡੇ ਲਈ ਖੁੱਲ ਜਾਏਗਾ ਆਮੇਨ ਹallelujah ਤੁਸੀਂ ਦੇਖੋ ਕਿੰਨੀਆਂ ਅਥਾਰਟੀਜ਼ ਪ੍ਰਭੂ ਨੇ ਸਾਨੂੰ ਦਿੱਤੀਆਂ ਆ ਲੋਕ ਕਿੰਨੇ ਕਿੰਨੀ ਤਪੱਸਿਆ ਕਰਕੇ ਫੇਰ ਅੱਜ ਜਹਾਂ ਹਾਸਲ ਕਰਦੇ ਆ ਜਿਹੜੇ ਦੁਕਾਨਾਂ ਖੋਲ ਕੇ ਬੈਠੇ ਆ ਪਤਾ ਨਹੀਂ ਉਹਨਾਂ ਨੇ ਕਿੰਨੀ ਤਬਸਿਆ ਕੀਤੀ ਹੋਣੀ ਆ ਫੇਰ ਜਾ ਕੇ ਕਿਸੇ ਨੂੰ ਆ ਅਧਿਕਾਰ ਪ੍ਰਾਪਤ ਹੁੰਦੇ ਆ ਕਿਉਂ ਕਿਸੇ ਚੀਜ਼ ਨੂੰ ਬੰਨ ਸਕਣ ਕਿਸੇ ਚੀਜ਼ ਨੂੰ ਕੰਟਰੋਲ ਕਰ ਸਕਣ ਕਿਸੇ ਬੱਜੀ ਹੋਈ ਚੀਜ਼ ਨੂੰ ਛੁੜਾ ਸਕਣ ਖੋਲ ਸਕਣ ਪਰ ਸਾਨੂੰ ਇਹ ਅਧਿਕਾਰ ਕਿਉਂ ਪ੍ਰਾਪਤ ਹੋਇਆ ਕਿਉਂਕਿ ਪਰਮੇਸ਼ਵਰ ਨੇ ਸਾਨੂੰ ਆਪਣੇ ਬੇਟੇ ਬੇਟੀਆਂ ਬਣਾ ਲਿਆ ਹallelujah ਕਿਉਂਕਿ ਪਰਮੇਸ਼ਵਰ ਨੇ ਸਾਡੇ ਨਾਲ ਪਿਆਰ ਕੀਤਾ ਹallelujah ਇਸ ਲਈ ਪ੍ਰਾਪਤ ਹੋਇਆ ਕਿਉਂਕਿ ਅਸੀਂ ਮੰਨ ਲਿਆ ਕਿ ਅਸੀਂ ਪਾਪੀ ਤੇ ਗੁਨਾਹਗਾਰ ਹਾਂ ਤੋਬਾ ਕਰਨ ਦੇ ਵਸੀਲੇ ਦੇ ਨਾਲ ਪਰਮੇਸ਼ਵਰ ਨੇ ਸਾਨੂੰ ਇੰਨੀਆਂ ਜ਼ਿਆਦਾ ਅਥੋਰਿਟੀਆਂ ਦੇ ਦਿੱਤੀਆਂ ਇੰਨੀਆਂ ਵੱਡੀਆਂ ਪਾਵਰਸ ਦੇ ਦਿੱਤੀਆਂ ਹallelujah